ਇੰਨੀ ਬੇਇੱਜ਼ਤੀ ਕੀਤੀ ਨਾ ਸਾਹਮਣੇ ਇਹਨੂੰ ਗੇ ਕਹਿਤਾ ਕਦੇ ਕੀ ਕਹਿਤਾ ਫੂਡ ਚਾਟ ਲੈ ਲਈ ਹੁਣ ਵਿੱਚ ਉਹ ਸਟੋਬਰੀ ਖਾਈ ਜਾਵੇ ਹੁਣ ਉਹ ਖਾਈ ਜਾਵੇ ਹਨਾ ਜਿਹੜਾ ਆਪਣਾ ਡੀਸੀ ਆ ਉਹ ਮਾਰੀ ਜਦੋਂ ਅੰਗੂਰ ਖਾਈ ਜਾਵੇ ਇਹ ਕਹਿੰਦਾ ਕੇਲਾ ਕਿੱਥੇ ਆ ਹੋਰ ਕੀ ਕਵੇ ਉਦੋਂ ਬਾਅਦ ਬੱਲੂ ਰਾਮ ਗੜੀਆ ਮਿਲਿਆ ਭਗੜਾ ਭਗੜਾ ਸਿੱਖਿਆ ਫਿਰ ਉਹ ਤੋਂ ਚੱਲ ਨਹੀਂ ਗਿੱਧਾ ਗੁੱਧਾ ਥੋੜੇ ਕਰੀ ਫਿਰ ਸਵਾਗਤ ਆ ਜੀ ਬੀਂਗਰਾਂ ਦੇ ਘੈਂਟ ਜਲਵਾ ਦੇ ਉੱਤੇ ਅੱਜ ਦੇ ਵਲੋਗ ਦੀ ਸਟਾਰਟਿੰਗ ਹੋ ਰਹੀ ਆ ਜੀ ਗੱਡੀ ਆਪਣੀ ਖੜੀ ਆ ਸਹੀ ਸਲਾਮਤ ਬਹੁਤ ਟਾਈਮ ਬਾਅਦ ਨਰਾਜਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਮਤਲਬ ਨਜ਼ਾਰਾ ਸ਼ਬਦ ਹੀ ਭੁੱਲ ਗਿਆ ਯਾਰ ਮੈਂ ਹੈ ਇੰਨੇ ਦੁੱਖ ਆਏ ਹੋਏ ਸੀ ਮੇਰੀ ਲਾਈਫ ਦੇ ਵਿੱਚ ਯਾਰ ਕਦੇ ਗੱਡੀ ਵੱਜ ਗਈ ਉਹ ਤੋਂ ਬਾਅਦ ਗੜੇ ਪੈ ਗਏ ਇਹਦੇ ਉੱਪਰ ਉਹਦੇ ਬਾਅਦ ਟਾਇਰ ਟੂਰ ਪਾੜ ਗਏ ਟਾਇਰ ਵੀ ਅੱਜ ਪਾ ਕੇ ਲੈ ਕੇ ਆਉਣੇ ਸੀਗੇ ਪਰ ਅੱਜ ਯਾਰ ਮੈਂ ਕਹਿੰਦਾ ਹੋਣਾ ਨਹੀਂ ਅੱਜ ਹੋਰ ਬਥੇਰੇ ਕੰਮ ਨੇ ਪਰ ਟਰਾਈ ਕਰਾਂਗੇ ਯਾਰ ਅਤੇ ਅੱਜ ਇੱਕ ਤਾਂ ਮੰਮੀ ਨੇ ਗਿਫਟ ਵੀ ਲੈ ਕੇ ਆਉਣਾ ਮੰਮੀ ਲਈ ਗਿਫਟ ਵੀ ਲੈ ਕੇ ਆਉਣਾ ਸਪੀਕਰ ਜਿਹਾ ਲਾਤਾ ਉਹਨਾਂ ਨੇ ਸਪੀਕਰ ਕਹੀ ਜਾਂਦਾ ਉਹ ਗ੍ਰਾਇੰਡਰ ਗੁੰਦ ਲਿਆ ਪਿਆ ਆਏ ਤਾਂ ਯਾਰ ਕੀ ਹੋ ਗਿਆ ਕੋਈ ਚੱਕਰ ਨਹੀਂ ਪੂਰਾ ਵਲੋਗ ਦੇਖਿਓ ਫਟਾਫਟ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਇਸ ਤਰ੍ਹਾਂ ਦੇ ਵਲੋਗ ਹੋਰ ਦੇਖਣ ਲਈ ਅਤੇ ਅੱਜ ਦਾ ਵਲੋਗ ਬਿਲਕੁਲ ਵੀ ਸਕਿੱਪ ਨਾ ਕਰਿਓ ਚੋ ਚੱਲੀਏ ਓਏ ਹਾਂ ਵੀ ਮੁੰਡੇ ਉਹ ਕੀ ਹਾਲ ਚਾਲ ਨੇ ਠੀਕ ਹੋ ਦੇਖੋ ਬਾਈ ਕਹਿੰਦੇ ਘੈਂਟ ਪੂਰੇ ਪਰਸਨੈਲਿਟੀਦਾਰ ਮੁੰਡੇ ਮਿਲਣ ਆਏ ਹੋਰ ਬਾਈ ਠੀਕ ਠਾਕ ਹੋ ਜਗਰਾਉਂ ਤੂੰ ਹੀ ਹੋ ਨਾ ਬਸ ਠੀਕ ਆ ਬਾਈ ਸਾਈਕਲ ਬੜਾ ਘੈਂਟ ਕਿੰਨੇ ਦਾ ਲਿਆ ਪੰਜ ਹਜ਼ਾਰ ਦਾ ਦਸ ਹਜ਼ਾਰ ਦਾ ਵੀਰੇ ਮੈਂ ਵੀ ਕਵਾਂ ਯਾਰ ਪੰਜ ਹਜ਼ਾਰ ਦਾ ਟੁੱਟਿਆ ਜਾਂਦਾ ਅੱਜ ਕੱਲ੍ਹ ਕਵਾੜੀ ਤੋਂ ਚੱਕ ਲੈ ਕੇ ਆਇਆ ਓਏ ਇਹਦਾ ਇੱਕ ਦੂਜੇ ਦੀ ਬੇਇੱਜ਼ਤੀ ਕਰਦੇ ਆ ਬਾਈ ਤੁਸੀਂ ਮਤਲਬ ਮੁਹੱਲੇ 'ਚ ਰਹਿੰਦੇ ਇੱਕ ਕਿ ਸਕੂਲੇ ਪੜ੍ਹਦੇ ਹੋ ਇੱਕ ਚਾਚਾ ਭਤੀਜਾ ਆਦਰਾ ਚਾਚਾ ਅੱਛਾ ਚਾਚਾ ਬਾਈ ਇਹ ਤਾਂ ਤੁਹਾਨੂੰ ਦੇਖ ਕੇ ਦੇਖ ਲਓ ਬਾਈ ਉਹ ਵੀ ਹੱਸ ਪਈ ਗਾਂ ਵੀ ਗਾਂ ਗਾਂ ਕਰੀ ਜਾਂਦੀ ਆ ਹੱਸ ਰਹੀ ਆ ਉਹਦੇ ਹਿਸਾਬ ਨਾਲ ਬਾਈ ਤੁਹਾਨੂੰ ਮੈਂ ਇੱਕ ਟਾਸਕ ਦਿੰਦਾ ਠੀਕ ਆ ਜੇ ਤੁਸੀਂ ਕੰਪਲੀਟ ਕਰ ਲਿਆ ਤਾਂ ਤੁਹਾਨੂੰ ਮਿਲੂਗੀ ਕੀ ਹਾਂ ਤੁਹਾਨੂੰ ਇੱਕ ਉਹ ਮਿਲੂਗੀ ਡਰਿੰਕ ਠੀਕ ਆ ਕੁੱਤੇ ਨੂੰ ਜੱਫੀ ਪਾਉਣੀ ਆ ਫਿਰ ਕੀ ਹੋ ਗਿਆ ਯਾਰ ਕੈਰੀ ਦੇਣਾ ਤੇਰੇ ਭਰਾਵਾ ਚਰਚੇ ਇੱਥੇ ਤੱਕ ਆ ਓਏ ਇੱਕ ਯਾਰ ਚੱਕਰ ਆ ਆਪਣੇ ਘਰੇ ਨਾ ਜਿਵੇਂ ਗੱਡੀ ਲੱਗ ਤਾਂ ਜਾਂਦੇ ਦੋ ਵੀ ਲੱਗ ਜਾਂਦੀਆਂ ਨੇ ਪਰ ਨਾ ਇੱਧਰਲੇ ਪਾਸੇ ਨਾ ਨਾਲ ਦੇ ਕਰਕੇ ਲਾਉਣੀ ਪੈਂਦੀ ਆ ਜਦੋਂ ਆਪਾਂ ਟਾਕੀ ਖੋਲੀ ਆ ਖੋਲਦੀ ਨਹੀਂ ਬਾਹਰ ਦੇਖੋ ਇੰਨੀ ਕੀ ਖੋਲਣੀ ਹੈ ਆਹ ਦੇਖੋ ਲੈ ਇੰਨੀ ਕੁ ਅਤੇ ਮੈਂ ਬਾਹਰ ਨਿਕਲ ਨਹੀਂ ਸਕਦਾ ਅਤੇ ਇੱਧਰਲੇ ਪਾਸੇ ਵਿਚਾਲੇ ਆਪਾਂ ਲਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਹੈ ਨਾ ਵੀ ਉਦੋਂ ਨਗਰਾਉਣਾ ਆਉਣਾ ਜਾਂ ਔਖਾ ਹੋ ਜਾਂਦਾ ਫਿਰ ਤਾਂ ਮੈਂ ਸਾਈਡ 'ਤੇ ਲਾ ਲੈਂਦਾ ਤਾਂ ਕਰਕੇ ਨਾ ਰੱਬ ਨੂੰ ਮੇਰੀ ਇੱਕ ਇਹ ਅਪੀਲ ਆ ਕਿ ਅੱਜ ਮੈਂ ਚੱਲਿਆ ਗੁਰਦੁਆਰੇ 10 ਰੁਪਏ ਚੜ੍ਹਾਉਣ ਅਤੇ ਮਹੀਨੇ ਤੱਕ ਮੈਨੂੰ ਬੰਗਲਾ ਮਿਲ ਜੇ ਮਹੀਨੇ ਦਾ ਟਾਈਮ ਦੇਤਾ ਰੱਬਾ 10 ਰੁਪਈਏ ਮੈਂ ਹੁਣੇ ਚੱਲਾਂ ਵਾ ਚੜ੍ਹਾਉਣ ਅਤੇ ਮਹੀਨੇ ਤੱਕ ਮੈਨੂੰ ਬੰਗਲਾ ਮਿਲ ਜੇ ਬਸ ਕੀ ਦੇਖਦੇ ਹੋ ਬਈ ਰਿਐਲਿਟੀ ਅੱਜ ਕੱਲ੍ਹ ਦੀ ਇਹ 10 ਰੁਪਈਏ ਪਾਟੇ 'ਚ ਚੜ੍ਹਾ ਕੇ ਅਤੇ ਡੇਡੇ ਬੰਗਲੇ ਮੰਗ ਲੈਂਦੇ ਆ ਲੋਕ ਇਹ ਮੈਂ ਸਿਆਣੀਆਂ ਗੱਲਾਂ ਤਾਂ ਕਰ ਰਿਹਾ ਕਿਉਂਕਿ ਅੱਜ ਮੈਂ ਕਿਤਾਬ ਪੜ੍ਹ ਕੇ ਹਟਿਆ ਵਾਂ ਕੁਦਰਤ ਦੀ ਹੈ ਨਾ ਇਨਸਾਨੀਅਤ ਦੀਆਂ ਗੱਲਾਂ ਮੈਂ ਪੜ੍ਹ ਕੇ ਹਟਿਆ ਵਾਂ ਤਾਂ ਕਰਕੇ ਮੇਰੇ ਵਿੱਚ ਰੁਤਬਾ ਜਾਗਿਆ ਪਿਆ ਅੱਜ ਤਾਂ ਕਿ ਜਾਗਰੂਕ ਕਰਾਂ ਪਰ ਉਦੋਂ ਪਹਿਲਾਂ ਮੈਂ ਆਪ ਹੋਵਾਂ ਕਿਉਂਕਿ ਖੰਘ ਲੱਗੀ ਪਈ ਆ ਅਤੇ ਹੁਣ ਮੈਂ ਚੱਲਿਆ ਡਾਕਟਰ ਕੋਲ ਪਹਿਲਾਂ ਉਹਦੇ ਸਰੀਰ ਨੂੰ ਜਾਗਰੂਕ ਕਰਾਂ ਫਿਰ ਦੁਨੀਆਂ ਨੂੰ ਕਰ ਦੂੰਗਾ ਪਤਾ ਕੀ ਚੱਕਰ ਆਇਆ ਮੈਂ ਨਾ ਜਦੋਂ ਭੱਜਦਾ ਵਾਂ ਬਾਈ ਤੇਜ਼ ਭੱਜ ਲਿਆ ਕੋਈ ਖੇਡ ਲਿਆ ਫੁੱਟਬਾਲ ਤਾਂ ਉਦੋਂ ਬਾਅਦ ਕੀ ਹੁੰਦਾ ਯਾਰ ਸਾਹ ਜਿਹਾ ਚੜ੍ਹਨ ਲੱਗ ਜਾਂਦਾ ਓਕੇ ਹੁਣ ਤੁਸੀਂ ਕਹੋਗੇ ਤਾਂ ਸਾਰਿਆਂ ਨੂੰ ਚੜ੍ਹਦਾ ਪਰ ਨਹੀਂ ਮੈਨੂੰ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਆ ਜਿਵੇਂ ਥੋੜ੍ਹਾ ਜਿਹਾ ਔਖਾ ਹੁੰਦਾ ਤਾਂ ਮੈਂ ਡਾਕਟਰ ਕੋਲ ਗਿਆ ਸੀ ਉਹ ਕਹਿੰਦਾ ਤੈਨੂੰ ਸਾਹ ਦੀ ਪ੍ਰੋਬਲਮ ਆ ਮੈਂ ਕਿਹਾ ਯਾਰ ਇਹ ਕਿਵੇਂ ਵੀ ਇਹ ਭੱਜਾਂਗੇ ਮਿੱਟੀ ਵਿੱਚ ਖੰਘ ਤਾਂ ਲੱਗੂਗੀ ਸਾਹ ਤਾਂ ਔਖਾ ਹੋਊਗਾ ਜੀ ਕਹਿੰਦਾ ਨਹੀਂ
ਸਾਰਿਆਂ ਨੂੰ ਨਹੀਂ ਹੁੰਦਾ ਇਹ, ਤੈਨੂੰ ਹੁੰਦਾ। ਫਿਰ ਮੈਂ ਸੋਚਿਆ ਵੀ ਅੱਛਾ ਯਾਰ, ਫਿਰ ਵੀ ਉਹਨੇ ਉਹ ਪੰਪ ਹੀ ਦਿੱਤਾ ਇੱਦਾਂ ਕਰਕੇ, ਹੁੰਦਾ ਨਹੀਂ ਫਿਲਮਾਂ ਵਿੱਚ ਹੁੰਦਾ ਵੀ ਉਹ ਡਿੱਗ ਗਿਆ ਤਾਂ ਬੰਦਾ ਮਰਦਾ ਹੁੰਦਾ ਉਹ ਵਾਲਾ। ਹੁਣ ਮੈਂ ਉਹ ਕਰਦਾ ਫਿਰ ਮੈਂ ਥੋੜ੍ਹਾ ਠੀਕ ਹੁੰਦਾ, ਪਰ ਹੁਣ ਮੈਂ ਡਾਕਟਰ ਕੋਲ ਚੱਲਾਂ ਵਾ, ਉਹਨੂੰ ਮੈਂ ਕਹੂੰਗਾ ਵੀ ਦੱਸ ਮੈਨੂੰ ਬਾਈ ਕਿਹੜੇ ਸਾਹ ਦੀ ਪ੍ਰੋਬਲਮ ਆ, ਮਤਲਬ ਨੱਕ ਵਾਲੇ ਜਾਂ ਮੂੰਹ ਵਾਲੇ। ਤਾਂ ਮੈਂ ਕੀ ਆ ਨਾ ਗੱਲਾਂ ਕਰੀ ਜਾਂਦਾ, ਪਰ ਐਂ ਯਾਰ ਜੇ ਮੈਂ ਖੁਸ਼ ਵਾਲਾ ਵਾਂ ਅਤੇ ਅੱਜ ਮੰਮੀ ਲਈ ਇੱਕ ਤਾਂ ਆਪਾਂ ਗਿਫਟ ਲੈ ਕੇ ਆਉਣਾ ਵਾ, ਅਤੇ ਜਿਹੜਾ ਦੂਜਾ ਗਿਫਟ ਸੀਗਾ ਉਹ ਵੀ ਦਿਖਾਵਾਂਗੇ ਘਰਦਿਆਂ ਨੂੰ, ਹਜੇ ਤੱਕ ਡਿੱਗੀ ਜੀ ਪਿਆ ਵਾ ਖੋਲਿਆ ਹੀ ਨਹੀਂ, ਤਾਂ ਉਹ ਵੀ ਦਿਖਾਵਾਂਗੇ। ਅਤੇ ਉਦੋਂ ਬਾਅਦ ਜਰਾਤ ਨੂੰ ਪਾਰਟੀ ਕਰਦੇ ਹਾਂ ਦੁਬਾਰਾ, ਰਫਤਾਰ ਕੈਰੀ ਹੋਣੀ ਸਾਰਿਆਂ ਨਾਲ। ਅਤੇ ਚਲੋ ਚੱਲੀਏ ਹੁਣ, ਪਹਿਲਾਂ ਦਵਾਈ ਲੈ ਆਵਾਂ ਜਾ ਕੇ। ਹੁਣ ਇਹ ਡਾਕਟਰ ਦੇ ਆਏ ਸੀਗੇ ਅਤੇ ਉਹ ਕਹਿੰਦਾ ਵੀ 4 ਵਜੇ ਆਈ ਵੀਰੇ, ਮੈਂ ਤਾਂ ਹਜੇ ਸੁੱਤਾ ਪਿਆ ਵਾਂ ਘਰੇ, ਤਾਂ ਕਰਕੇ ਹੁਣ 4 ਵਜੇ ਆਵਾਂਗੇ। ਅਤੇ ਹੁਣ ਰਫਤਾਰ ਉਹਨਾਂ ਦਾ ਦੇਖਿਆ, ਉਹਨਾਂ ਦਾ ਫੋਨ ਆ ਚੁੱਕਿਆ ਕਿ ਮੇਰੇ ਵੀਰੇ ਉਹ ਅਸੀਂ ਮੋਹਾਲੀ ਤੋਂ ਆ ਚੁੱਕੇ ਹਾਂ ਅਤੇ ਮਿਲਣੀ ਹੋਈ ਜਾਵੇ, ਤਾਂ ਉੱਧਰ ਚੱਲੇ ਹਾਂ ਹੁਣ ਜਾ ਕੇ ਮਿਲਦੇ ਹਾਂ, ਗੱਲਾਂ ਬਾਤਾਂ ਸੁਣਦੇ ਹਾਂ ਉਹਨਾਂ ਦੀਆਂ। ਕਿੱਸੇ ਮੋਹਾਲੀ 'ਚ ਬਾਹਲੀ ਹੋ ਗਏ ਕੈਰੀ ਨਾਲ, ਕੈਰੀ ਨੇ ਜੋ ਪਿਛਲੇ ਵਲੋਗ ਵਿੱਚ ਹਰਕਤ ਕੀਤੀ ਸੀ ਨਾ ਟੰਡਨ ਟੰਡਨ ਵਾਲੀ, ਉਹਦੇ ਕਰਕੇ ਚੱਕਰ ਜ਼ਿਆਦਾ ਪੈ ਗਏ ਉਹਦੇ। ਮਜ਼ਾਕ ਕਰਦਾ, ਉੱਥੇ ਜਾ ਕੇ ਦੱਸਦਾ ਕੀ ਗੱਲ ਹੋਈ ਆ। ਤਾਂ ਨਾ ਆਹ ਦੇਖੋ ਸਾਹਮਣੇ ਤੁਸੀਂ, ਆਹ ਸਾਡਾ ਚੌਂਕ ਆ, ਇਹ ਲਾਟੂ ਚੌਂਕ। ਮੈਂ ਪੰਜਾਬ ਇਸ ਦੇਸ਼ ਦੇ ਲਈ ਕਹਿੰਦਾ ਵੀ ਗਊ ਮਾਤਾ ਨੂੰ ਰਾਸ਼ਟਰੀ ਪੰਛੀ ਦਾ ਉਹ ਖਿਤਾਬ ਦਵਾਉਣਾ ਚਾਹੁੰਦਾ, ਫਿਰ ਉੱਥੇ ਮੈਂ ਆਹ ਮੇਰੇ ਲਈ ਅੱਖਾਂ ਦਿਖਾਈ ਬਣੀਆਂ ਜੀ ਮੁੰਡੇ ਦੀਆਂ, ਆਹ ਮੁੰਡੇ ਦੀਆਂ ਅੱਖਾਂ 'ਚ ਅੱਖਾਂ 'ਚ ਦਰਦ ਨਹੀਂ ਦਿੰਦਾ ਇਹਦੇ, ਪੀਲੀਆਂ ਹੋਈਆਂ ਪਈਆਂ ਦੇ ਅੱਖਾਂ, ਕਾਹਤੋਂ ਮੇਰਾ ਵੀ ਰੋਣਾ ਕਾਹਤੋਂ ਕਾਹਤੋਂ। ਬਹੁਤ ਦੁੱਖਾ ਸੁਣਾਈ ਦੇ ਆ ਡੀਸੀ ਨੂੰ ਪੁੱਛ, ਡੀਸੀ ਦੱਸ ਦੇ ਕੀ ਹੋਇਆ, ਸੋਹੀ ਦੇ ਜਾਣ ਦੇ ਓਏ, ਸੁਣਾ ਦੇ ਸਟੋਰੀ ਇਹਦੀ। ਰਾਜਾ ਯਾਰ, ਰਾਜ ਰਾਜ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਮੇਰੇ ਜਨਮ ਦੇ ਨਾਲ ਹੀ, ਉਹਦੇ ਵਿੱਚ ਇਹ ਨਾ ਬੁੱਟ ਨੂੰ ਐਂ ਕਰ ਰਿਹਾ ਸੀਗਾ ਐਂ ਦੇ ਕਰਕੇ, ਸਮਝ ਗਏ ਤੁਸੀਂ, ਇਹਦੇ ਨਾਲ ਉਸ ਰਿਲੇਟਡ ਇੰਨੀ ਮਾੜੀ ਹੋਈ ਨਾ ਰਾਤ, ਕੋਈ ਗਲਤ ਨਹੀਂ ਹੋਇਆ ਮਤਲਬ ਉਹਦੇ ਵਿੱਚ ਕੋਈ ਹੋਰ ਗੱਲ ਨਹੀਂ। ਜਿਹੜੀ ਚੀਜ਼ ਹੋਈ ਆ ਨਾ ਬਾਈ ਇਹਨਾਂ ਵਿੱਚ ਇੰਨੀ ਜ਼ਿਆਦਾ ਫਨੀ ਆ ਸਕ ਕੇ ਸਾਡੀਆਂ ਪੱਖੀਆਂ ਦੁਕਾਨ ਲੱਗ ਗਈਆਂ, ਉਹਦਾ ਵਲੌਗ ਬਣਾ ਲੈਂਦੇ ਨਾ ਜਾਣਾ ਤਾਂ ਬਾਹਰ ਜਾਣਾ ਸੀਗਾ, ਇਹਦੀ ਕੱਖ ਨਹੀਂ ਰਹਿਣੀ ਸੀਗੀ ਯਾਰ। ਦੱਸ ਮਾੜਾ ਜਿਹਾ ਕੀ ਹੋਇਆ ਸੀ, ਦੱਸ ਦੇ ਮੇਰੀ ਇੱਕ ਫਰੈਂਡ ਆ ਮੋਹਾਲੀ ਦੀ, ਉਹ ਚੱਲ ਆਈ ਗਈ ਗੱਲਾਂ ਬਾਤਾਂ ਕਰ ਲਈ, ਮੈਂ ਕਿਹਾ ਚਲੋ ਸਾਬਿਤ ਕਰਤਾ ਦੋਸਤ ਆਈ ਹੈ ਨਾ, ਇਹਨੇ ਮਸਾ ਇੰਪ੍ਰੈਸ ਕੀਤੀ ਉਹ, ਉਹਨੂੰ ਬ੍ਰਿਸ਼ਟਾ ਲੈ ਕੇ ਗਿਆ ਬ੍ਰਿਸ਼ਟਾ, ਕਦੇ ਜ਼ਿੰਦਗੀ ਚ ਆਪਣੀ ਫਲਾ ਗਿਆ ਚਾਹੇ ਸੁੱਟਾ ਬਾਹਰ ਦੇ ਨਾ, ਬਾਹਰ ਏਡੀ ਕਰੇਡੀ ਆ ਉੱਥੋਂ ਚਾਹ ਪੀਤਾ ਸਾਲਾ, ਉਹਨੂੰ ਬ੍ਰਿਸ਼ਟਾ ਲੈ ਗਿਆ, ਬ੍ਰਿਸ਼ਟਾ ਲੈ ਗਿਆ ਕੋਈ ਚੱਕਰ ਨੀਗਾ, ਉਹ ਤੋਂ ਇਹਨਾਂ ਕੋਲ ਲੈ ਗਿਆ ਸਬਜ਼ੀ ਸਹੇਲੀ ਨੂੰ, ਸਹੇਲੀ ਨੀ ਮਤਲਬ ਫਰੈਂਡ ਨੂੰ ਵੀ ਵਧੀਆ ਪ੍ਰਭਾਵ ਜਿਹਾ ਪਊਗਾ, ਉਹਨਾਂ ਨੇ ਇਹਦੀ ਇੰਨੀ ਬੇਇੱਜ਼ਤੀ ਕੀਤੀ ਸਾਹਮਣੇ, ਇਹਨੂੰ ਗੇ ਕਹਿਤਾ ਕਦੇ ਕੀ ਕਹਿਤਾ, ਬੂਟ ਚੜ ਲੈ ਲਈ, ਹੁਣ
ਵਿੱਚ ਉਹ ਸਟ੍ਰੋਬੇਰੀ ਖਾਈ ਜਾਵੇ, ਹੁਣ ਉਹ ਖਾਈ ਜਾਵੇ ਹੈ ਨਾ, ਜਿਹੜਾ ਆਪਣਾ ਡੀਸੀ ਆ ਉਹ ਮਰੀ ਤੋਂ ਅੰਗੂਰ ਖਾਈ ਜਾਵੇ, ਇਹ ਕਹਿੰਦਾ ਕੇਲਾ ਕਿੱਥੇ ਆ ਹੋਰ ਉਹ ਤੈਨੂੰ ਕੀ ਕਵੇ ਨਹੀਂ ਨਹੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਟੈਕਸ ਵਧੀਆ ਹੀ ਚੱਟ ਬਣਾ ਦੇ ਤੇ ਉਹ ਮੈਂ ਕਿਹਾ ਹਰ ਕਿਤੇ ਕੇਲੇ ਕੁੱਲੇ ਪਾਈ ਉਹ ਦੇ ਸਟੋਪਰੀ ਆ ਆਪ ਸੇਵ ਹਰ ਕੋ ਮੈਂ ਕੇਲਾ ਹੀ ਕਿਉਂ ਚਾਹੀਦਾ ਯਾਰ ਮੇਰੇ ਫਰੂਟ ਤਾਂ ਫਰੂਟ ਹੀ ਹੁੰਦੇ ਆ ਯਾਰ ਦੱਸ ਵਾਇਰਲ ਬਣਾਣਾ ਬੋਏ ਓਏ ਹਾਂ ਉਹ ਤੋਂ ਬਾਅਦ ਬੱਲੂ ਰਾਮ ਗੜੀਆ ਮਿਲਿਆ ਉਹਦੀ ਘਰ ਹੀ ਦੱਸ ਬੱਲੂ ਰਾਮ ਗੜੀਆ ਬੱਲੂ ਰਾਮ ਗੜੀਆ ਚੱਲਦਾ ਜਾਣਦਾ ਹੀ ਸੀ ਬੱਲੂ ਰਾਮ ਗੜੀ ਪਤਾ ਕੀ ਕਹਿੰਦਾ ਨਾਮ ਨਾ ਬਣਾਣਾ ਬੋਏ ਬੱਲੂ ਰਾਮ ਗੜੀ ਨੇ ਦਿੱਤਾ ਬੱਲੂ ਰਾਮ ਨੂੰ ਕੀ ਕਹਿੰਦਾ ਇਹ ਚੱਲ ਕੋਈ ਨੀ ਬੰਦਾ ਵਧੀਆ ਲਿਆ ਬੱਲੂ ਰਾਮ ਗੜੀਆ ਭਗੜਾ ਭਗੜਾ ਸਿੱਖਿਆ ਫਿਰ ਉਹ ਤਾਂ ਗੱਲ ਨਹੀਂ ਗਿੱਧਾ ਗੁੱਧਾ ਲਾਚਕਾ ਸਿੱਖੀ ਕਿ ਨਹੀਂ ਉਹ ਵਾਲੀ ਰੋਟੀ ਵੀ ਪੂਰੀ ਲੈ ਕੇ ਆਈ ਯਾਰ ਨਹੀਂ ਸਿੱਖਣਾ ਉਹਨੇ ਕਿਹਾ ਇਹਨੂੰ ਕੁੜੀਆਂ ਮੂਹਰੇ ਚੱਲ ਮੁੰਡੇ ਮੁੰਡੇ ਚਲੋ ਇੱਕ ਦੂਜੇ ਨੂੰ ਕਹਿ ਦਿੰਦੇ ਖੱਪ ਖੱਪ ਚ ਤੂੰ ਆਇਆ ਤੂੰ ਆਇਆ ਕੁੜੀਆਂ ਮੂਹਰੇ ਗਲਤੀ ਮੇਰੀ ਵੀ ਆ ਯਾਰ ਕਿਵੇਂ ਬੇਇੱਜ਼ਤੀ ਕਰਦਾ ਗੱਲ ਗੱਲ ਤੇ ਉਹ ਗੱਲ ਅਦੋ ਕੋਹਲੀ ਬੋਲੇ ਗੱਲ ਗੱਲ ਉਹਨੇ ਮਨ ਚ ਰੱਖੀ ਕੈਰੀ ਬਾਈ ਹੁਣ ਦੱਸ ਦਈਏ ਯਾਰ ਬਿਲਕੁਲ ਸਟ੍ਰੇਟ ਆ ਬਾਈ ਜਮਾ ਸਹੀ ਆ ਕੈਰੀ ਐਵੇਂ ਨਾ ਭਰਾਵੋ ਬਦਨਾਮ ਕਰ ਦਿਓ ਕਿਤੇ ਮਤਲਬ ਖੱਪਾ ਖੱਪਾ ਵਿੱਚ ਚੀਜ਼ਾਂ ਹੋ ਜਾਂਦੀਆਂ ਨੇ ਯਾਰ ਮੈਂ ਬਾਈ ਤੁਹਾਨੂੰ ਗਰੰਟੀ ਨਾਲ ਕਹਿੰਦਾ ਆ ਕਹਿੰਦੀ ਮੜੀ ਆਪਦੀ ਅੱਖਾਂ ਦਿਖਾ ਪੀਲੀਆਂ ਹੋਈਆਂ ਪਈਆਂ ਇਹ ਤੁਹਾਨੂੰ ਇੱਥੇ ਦਿਖਾਉਂਦਾ ਨਹੀਂ ਨਹੀਂ ਜਮਾ ਕੋਲੋਂ ਦੇਖਦਾ ਪਿਆ ਅੱਖ ਹੀ ਦੇਖਦੀ ਇਕੱਲੀ ਓਏ ਪੀਲੀਆਂ ਹੋਈਆਂ ਪਈਆਂ ਅੱਖਾਂ ਬਾਈ ਰੋ ਰੋ ਕੇ ਕੱਲ ਦੀਆਂ ਰੋਇਆ ਵੀਰੇ ਤੂੰ ਰੋਇਆ ਵਾ ਮੈਨੂੰ ਦੱਸਿਆ ਉਹਨੇ ਕਹਿੰਦਾ ਏਡੇ ਏਡੇ ਹੰਝੂ ਸੱਟੀ ਜਾਂਦਾ ਜੀ ਹੱਥ ਹੱਥ ਜਿੱਡੇ ਕਿਉਂ ਰੋ ਰਿਹਾ ਸੀਗਾ ਸਹੇਲੀ ਸਹੇਲੀ ਯਾਦ ਆ ਗਈ ਤੈਨੂੰ ਸਹੇਲੀ ਯਾਦ ਆ ਗਈ ਬੱਲੂ ਰਾਮ ਗੜੀਆ ਕੀ ਕਹਿੰਦਾ ਤੈਨੂੰ ਫਿਰ ਚੱਲ ਬੈਠੇ ਗੱਲਾਂ ਬਾਤਾਂ ਹੀ ਕਰੀਏ ਵੈਸੇ ਮੈਂ ਵੀਡੀਓ ਚਲਾ ਦਿੰਦਾ ਵਾ ਪਹਿਲਾਂ ਵੀਡੀਓ ਦੇਖੋ ਬੱਲੂ ਰਾਮ ਗੜੀਆ ਵਾਲੀ ਇਹਦੇ ਨਾਲ ਹਾਂਜੀ ਫਿਰ ਸਨੈਪਚੈਟ ਵਾਲੇ ਆਪਣਾ ਬਣਿਆ ਭਰਾ ਵੀਰੇ ਨਾਂ ਦੱਸ ਪਹਿਲਾਂ ਤਾਂ ਬੱਲੂ ਰਾਮ ਗੜੀਆ ਦਾ ਨਾਮ ਹੀ ਨਹੀਂ ਪਤਾ ਮੇਰਾ ਯਾਰ ਉਹਦਾ ਤੁਸੀਂ ਮੇਰੇ ਬਾਈ ਪੱਕਾ ਯਾਰ ਆਪਣਾ ਭਰਾ ਆ ਅਜੇ ਵੀਰੇ ਬੈਠ ਕੇ ਆਪਾਂ ਗੱਲਾਂ ਬਾਤਾਂ ਕਰਦੇ ਆ ਆਜੋ ਮੈਂ ਤੁਹਾਨੂੰ ਮੈਸੇਜ ਕਰਨਾ ਤੇ ਮੈਸੇਜ ਕਰਨਾ ਮਾਰੀ ਜਾਣਾ ਨਹੀਂ ਆਈਐਸ ਕਰ ਓਕੇ ਵੀਰੇ ਤਾਂ ਤੂੰ ਕਿਹਾ ਨਹੀਂ ਮੈਨੂੰ ਵੀ ਛੱਪੇ ਛੱਪੇ ਮਾਰਨੇ ਸਿਖਾ ਫਿਰ ਆੜੀ ਨਹੀਂ ਨਹੀਂ ਮੈਂ ਉੱਥੇ ਜਾ ਕੇ ਹਰਸ ਨੇ ਫੋਨ ਲਾਇਆ ਕਹਿੰਦਾ ਹਾਂ ਬਈ ਕੀ ਹਾਲ ਚਾਲ ਮੈਂ ਕਿਹਾ ਮੜੇ ਗੱਲ ਕਰੀ ਕਿਹੜਾ ਕੀ ਬੱਲੂ ਰਾਮ ਗੜੀ ਹਾਂ ਮੈਂ ਕਿਹਾ ਮੈਂ ਐਡੇ ਵੱਡੇ ਸਟਾਰ ਦਾ ਫੋਨ ਆਇਆ ਮੈਨੂੰ ਬੱਲੂ ਰਾਮ ਗੜੀ ਤੈਨੂੰ ਕੀ ਕਹੇਗਾ ਫੋਨ ਚੱਕ ਕੇ ਹੈਲੋ ਰਫਤਾਰ ਨੂੰ ਕਹਿੰਦਾ ਕਿੰਨੀ ਉਮਰ ਆ ਰਫਤਾਰ ਕਹਿੰਦਾ 22 ਸਾਲ ਆ ਕਹਿੰਦਾ ਮੇਰੀ
ਲੱਚ ਕੇ ਆਣੀ ਤੇਰੇ ਲੱਚ ਕੋਈ ਨੱਚ ਕੇ ਦਿਖਾ ਦੇ ਕਰਾ ਨੱਚ ਕੇ ਦਿਖਾ ਦੇ ਚੱਕੀ ਫਿਰਦਾ ਲੋਕਾਂ ਨੂੰ ਗੇ ਕਹਿੰਦਾ ਫਿਰਦਾ ਜੱਗ ਪਿੱਛੇ ਲਾਉਣ ਵਾਸਤੇ ਕਿਹਦੇ ਰੁਸੀ ਮਸ਼ੂਕ ਤਾਂ ਬਣਾਈ ਜਾਂਦੀ ਪੰਗੇ ਲਏ ਕੁਛ ਨੀ ਕਹਿਣੇ ਤੂੰ ਇਹਨਾਂ ਨੂੰ ਪਹਿਲਾਂ ਛੇੜੀ ਗਿਆ ਇਹਨਾਂ ਨੇ ਮੌਕੇ ਦੇ ਚੌਕਾ ਮਾਰਤਾ ਇਹਨਾਂ ਨੇ ਮੈਨੂੰ ਕੁਛ ਵੀ ਨੀ ਕਿਹਾ ਮੈਂ ਇੰਨਾ ਇਹਨਾਂ ਨੂੰ ਬੋਲੀ ਗਿਆ ਕਦੇ ਕੀ ਬਣਾ ਦਿਆ ਕਰਾ ਕਦੇ ਕੀ ਸਾਹਮਣੇ ਬੋਲੇ ਫੇਰ ਕੀ ਆ ਵੀਰੇ ਮੇਰਾ ਰਿਹਾ ਕੀ ਆ ਉੱਥੇ ਚੱਲ ਕਮੈਂਟ ਕਰਕੇ ਦੱਸ ਦੋ ਯਾਰ ਗਏ ਆ ਕਿ ਬੰਦਾ ਮੈਨੂੰ ਦੱਸ ਬਣਾਨਾ ਬੋਏ ਕਹਿ ਦਿਓ ਬਾਈ ਕਮੈਂਟਾਂ 'ਚ ਬਈ ਐ ਕਰੋ ਹਜ਼ਾਰ ਬਣਾਨਾ ਬੋਏ ਕਮੈਂਟ ਕਰ ਦੋ ਉਹ ਠੀਕ ਆ ਪਰ ਹੁਣ ਮੇਰਾ ਇੱਕ ਕੰਮ ਤੂੰ ਵੀ ਕਰਨਾ ਆ ਵੀਡੀਓ 'ਚ ਕਮੈਂਟ ਆਫ ਕਰ ਦੇ ਬਈ ਮਜ਼ਾਕ ਕਰਦਾ ਜਮਾ ਸਟ੍ਰੇਟ ਆ ਮੁੰਡਾ ਠੀਕ ਹੈ ਐਵੇਂ ਕੋਈ ਖੱਪ 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 'ਚ ਰਹਿ ਗਈ ਗੱਪ ਖੱਪ ਖੱਪ ਕਿਸੇ ਨੂੰ ਸ਼ੱਕ ਹੈਗਾ ਕੈਰੀ ਦੇ ਨਾਲ ਰਾਤ ਰਹਿ ਕੇ ਦੇਖ ਲਿਓ ਫਿਰ ਤੁਸੀਂ ਸ਼ੋਰ ਹੋ ਜਾਓਗੇ ਨਹੀਂ ਯਾਰ ਮਜ਼ਾਕ ਕਰਦੇ ਆ ਕੈਰੀ ਗੱਡੀ ਭੰਨੀ ਕਢਿਆ ਨਾਲ ਹੀ ਮੈਂ ਤਾਂ ਰਾਲਾ ਕਦੇ ਗੋਲੀ ਗੋਲੀ ਵੱਜ ਜਾਂਦੀ ਕੀ ਬਣਨਾ ਸੀ ਆਉਂਦਾ ਵੇ ਗੱਡੀ ਗੜਿਆ ਨਾਲ ਹੀ ਭੰਨੀ ਗਈ ਜੇ ਕੋਈ ਇੱਟ ਉੱਟ ਮਾਰ ਦਿੰਦਾ ਫੇਰ ਕੀ ਬਣਨਾ ਇਹਦੇ ਨਾਲ ਕੀ ਜਾਵੇ ਨਾ ਬੰਦਾ ਡਰਦਾ ਹੀ ਜਾਂਦਾ ਉੱਤੇ ਅਸੀਂ ਗਏ ਚੰਡੀਗੜ੍ਹ ਨੂੰ ਬੈਠਾ ਬੈਠਾ ਮੈਨੂੰ ਪਤਾ ਕੀ ਕਹੀ ਜਾਵੇ ਰਫਤਾਰ ਸ਼ਾਂਤੀ ਜੀ ਹੋ ਗਈ ਦੋ ਜਾਣੇ ਜਾ ਰਹੀ ਮੈਂ ਹੁਣ ਸ਼ਾਂਤੀ ਜੀ ਹੋ ਜਾਂਦੀ ਹੈ ਨਾ ਦੋ ਜਾਣੇ ਚ ਬੈਠੇ ਬੈਠੇ ਨਾਲ ਸਾਡੇ ਦਰਾਹੀ ਵਾਲੀ ਨਹਿਰ ਮੈਂ ਜੇ ਮੈਂ ਡਿੱਗ ਜਾਵਾਂ ਮੈਂ ਤਾਂ ਸੀਟ ਬੈਲਟ ਲਾ ਕੇ ਥੋੜਾ ਬੜਾ ਉੱਤਰ ਜਾਊਂਗਾ ਮੈਂ ਕੈਰੀ ਨੂੰ ਕੌਣ ਬਚਾਊਗਾ ਜਿਹੜਾ ਪਿੱਛੇ ਰਹਿ ਗਿਆ ਮੈਂ ਕਿਹਾ ਜੇ ਮੈਂ ਤੈਰ ਤੁਰ ਕੇ ਸੜਕ 'ਤੇ ਵੀ ਆ ਗਿਆ ਫਿਰ ਮੈਂ ਕਿਹਨੂੰ ਕਹੂੰਗਾ ਵੀ ਜਾ ਕੇ ਟੁੱਬੀ ਮਾਰ ਕੇ ਉਹਨੂੰ ਬਚਾਊ ਇਹੋ ਜਿਹਾ ਕੋਈ ਮੇਰੇ ਦਿਮਾਗ ਚੱਲੀ ਆਇਆ ਫਿਰ ਮੈਂ ਉਦੋਂ ਬਾਅਦ ਵਹਿਗਰੂ ਕੀਤਾ ਮੈਂ ਕਿਹਾ ਨਾ ਭਰਾਵਾ ਗਲਤ ਜੀ ਦਾ ਦਿਮਾਗ 'ਚ ਆਈ ਮੈਂ ਕਿਹਾ ਮੈਨੂੰ ਪਹਿਲਾਂ ਬੱਸ ਚੜਾ ਬਾਕੀ ਕੰਮ ਆ ਜਾਓ ਬਾਈ ਚਲੋ ਯਾਰ ਹੁਣ ਚੱਲੀਏ ਟਾਇਰ ਪਹੁੰਚ ਲਈਏ ਗੱਡੀ ਦਾ ਯਾਰ ਕੱਲ੍ਹ ਹੀ ਚੱਲਦੇ ਚੰਡੀਗੜ੍ਹ ਨਹੀਂ ਆਉਣਾ ਲੁਧਿਆਣੇ ਤੋਂ ਪਾਉਣਾ ਨਹੀਂ ਸਾਰਾ ਅੱਛਾ ਲੁਧਿਆਣੇ ਤੋਂ ਚੰਡੀਗੜ੍ਹ ਕਿੰਨੀ ਦੂਰ ਆ ਘੱਟ ਹੀ ਲਾ ਰਹਾ ਵਾ ਕਹਿੰਦਾ ਮੈਂ ਤਾਂ ਆਹ ਖਾਊਂਗਾ ਹੋਰ ਨੀ ਕੁਛ ਖਾਣਾ ਨਹੀਂ ਉਦੋਂ ਹੀ ਦੇਖਿਆ ਤੂੰ ਵੈਸੇ ਤਾਂ ਹਾਂ ਕੈਮਰਾ ਆਨ ਹੋ ਗਿਆ ਤਾਂ ਕਰਕੇ ਫੜਿਆ ਗਿਆ ਤੂੰ ਰੰਗੇ ਹੱਥੀ 4K 'ਚ 4K 'ਚ ਫੜਿਆ ਗਿਆ ਤੂੰ ਹਾਂ ਵੀ ਕਹਿ ਰਹੀ ਰੈਡ ਰੁੱਡ ਬੁੱਲਾਂ ਚੱਕ ਲਾ
ਚੱਕ ਲਾ ਚੀਜ਼ਾਂ ਚੱਕੂ ਵੀਰੇ ਜਿਹੜਾ ਕੋ ਮਿਲ ਗਿਆ ਚੱਕ ਲਾ ਕੀ ਹੋਇਆ ਕੀ ਲੱਭਦਾ ਕੀ ਲੱਭਦਾ ਆ ਪਿਆ ਦਾ ਕੋਕ ਸਾਹਮਣੇ ਉਹ ਤੇ ਪਿਆ ਕੋਈ ਨੀ ਬਾਈ ਉਹ ਤੇਰੀ ਦੀ ਅੱਛਾ ਲੱਗ ਗਿਆ ਪਤਾ ਕੀ ਲੱਭਦਾ ਸੀ ਤੂੰ ਮਾਝਾ ਲੱਭਦਾ ਨਾ ਮਾਝਾ ਲੱਭਦਾ ਨਾ ਮਾਝਾ ਵੀ ਪੀ ਲੈਂਦੇ ਆ ਮੁੰਡੇ ਕਿੱਡੀ ਗੱਲ ਆ ਯਾਰ ਗੁੱਸਾ ਕਾ ਤਾਂ ਹੋਈ ਜਾਂਦਾ ਯਾਰ ਤੂੰ ਹੱਦ ਹੋ ਗਈ ਗੁੱਸਾ ਹੋ ਗਿਆ ਯਾਰ ਓਏ ਕਿੰਨੇ ਪੈਸੇ ਹੋਣਗੇ ਤੇਰੇ ਹਿਸਾਬ ਨਾਲ ਸਾਰੇ ਹਜ਼ਾਰ ਕੇ ਅੱਠ ਕੇ ਨੌ ਸੌ ਇੱਕ ਦੱਸ ਅੱਠ ਹਜ਼ਾਰ ਨੌ ਸੌ ਨਹੀਂ ਇੱਕ ਦੱਸ ਨੌ ਸੌ ਮੈਂ ਕਹਿੰਦਾ ਅੱਠ ਸੌ ਦੇ ਅੰਦਰ ਹੋਊਗਾ ਸਾਰਾ ਕੁਛ ਹੁਣ ਦੇਖਦੇ ਹਾਂ ਦਸ ਰੁਪਏ ਦੀ ਇੱਕ ਵੀ ਉੱਥੇ ਜਾ ਕੇ ਦੇਖਾਂਗੇ ਕਿੰਨਾ ਹੋਇਆ ਪੰਜਾਹ ਦਿਲ ਲੱਗ ਵੀ ਗਿਆ ਉੱਧਰ ਨਾ ਤੇਰਾ ਨਾ ਮੇਰਾ ਇਹ ਕਹਿੰਦਾ ਛੇ ਸੌ ਇਕੱਤਰ ਰੁਪਈਏ ਬਣਿਆ ਅੱਛਾ ਬਣ ਰਿਹਾ ਹਜੇ ਬਣ ਰਿਹਾ ਹਜੇ ਹੁਣ ਬਸ ਯਾਰ ਆਪਾਂ ਚੱਲਿਆ ਸਦਾ ਲੁਧਿਆਣੇ ਵੱਲ ਨੂੰ ਕਿਉਂਕਿ ਟਾਇਰ ਪਾਉਣਾ ਗੱਡੀ ਦਾ ਕੱਲ੍ਹ ਨੂੰ ਘਰਦਿਆਂ ਦਾ ਜਨਮ ਦਿਨ ਆ ਮੰਮੀ ਦਾ ਤਾਂ ਕਰਕੇ ਆਇਆ ਵੀ ਯਾਰ ਕੱਲ੍ਹ ਨੂੰ ਹੁਣ ਜਾਵਾਂਗੇ ਵਧੀਆ ਥਾਵਾਂ 'ਤੇ ਤਾਂ ਕਰਕੇ ਫਿਰ ਨਾ ਮੈਂ ਟੈਸਟ ਕਰ ਰਿਹਾ ਵਾ ਗੱਡੀ ਨੂੰ ਵੀ ਜਾ ਰਹੀ ਹੈ ਸੀਗੀ ਤੇਰਾ ਸੱਚ ਮੇਰੀ ਗੱਲ ਸੁਣ ਕੱਲ ਮੈਂ ਤੇਰੀ ਦੇਖੀ ਉਹ ਕੀ ਕਹਿੰਦੇ ਹੁੰਦੇ ਆ ਕੀ ਗੈਪ ਘੱਟ ਦਿਆ ਕਰ ਸਾਲਿਆ ਗੈਪ ਘੱਟ ਦਿਆ ਕਰ ਬ੍ਰਿਸ਼ਟਾ ਨੀ ਲੈ ਕੇ ਗਿਆ ਤੂੰ ਕੱਲ ਲੈ ਕੇ ਗਿਆ ਸਹੇਲੀ ਨੂੰ ਆਪਦੀ ਨੂੰ ਦੱਸ ਇਹ ਵੀ ਸਹੇਲੀ ਨੀ ਗੀ ਜੋ ਵੀ ਆ ਤੇਰੀ ਉਹ ਭੈਣ ਜਾਂ ਜੋ ਵੀ ਆ ਹੁਣ ਆ ਫਿਰ ਸਹੇਲੀ ਰਾਤ ਤੇ ਐ ਕਰਦਾ ਮੈਂ ਭੈਣ ਜਾਂ ਤੇ ਉਹ ਇਹ ਕਰਦਾ ਹੁਣ ਮੈਂ ਦੱਸ ਕੀ ਕਹਾਂ ਹੁਣ ਇਹ ਗੱਲ ਜਵਾਬ ਦੇ ਹੈ ਚਲ ਬਈ ਇਹ ਵੀ ਗੱਲ ਸੁਣ ਲਓ ਆਪਣਾ ਕੀ ਹੁੰਦਾ ਸਟਾਰ ਵਗ ਗਿਆ ਸੀ ਨਾ ਮੈਂ ਉੱਥੇ ਕਾਫੀ ਹੈਗੀ ਆ 400 ਰੁਪਈਏ ਦਾ ਤੂੰ ਗਿਆ ਵਾ 4000 ਰੁਪਈਆ ਲਾ ਕੇ ਆ ਗਿਆ ਉਹ ਵੀ ਦੱਸ ਦੱਸ ਹੁਣ ਮੈਂ 4 ਸਾਲ ਸੈਟੀਸਫਾਈ ਆ ਮੈਂ ਤਾਂ ਉਹ ਚਾਹੀਦੀ ਆ ਕੋਈ ਨਾ ਜਦੋਂ ਪੈਸੇ ਕਮਾਏਗਾ ਉਦੋਂ ਗੱਲ ਕਰੀ ਵੀਰੇ ਪੈਸੇ ਬਹੁਤ ਕਮਾਉਂਦਾ ਇਹ ਹਾਲਾ ਪਰ ਕੱਢਦਾ ਨੀਗਾ ਯਾਰ ਇਹੋ ਜਿਹਾ ਕੁੜੀਆਂ ਤੇ ਖਰਚਾ ਜਿੰਨਾ ਮਰਜ਼ੀ ਕਰਿਆ ਉਦੋਂ ਮੁੰਡਿਆਂ ਦੇ ਨਹੀਂ ਮਤਲਬ ਯਾਰਾਂ ਦੋਸਤਾਂ ਤੇ ਨਹੀਂ ਕਰ ਸਕਦਾ ਬਸ ਯਾਰ ਇਹ ਮੁੰਡਿਆਂ ਤੇ ਵੀ ਕਰ ਦੂੰਗਾ ਯਾਰਾਂ ਦੋਸਤਾਂ ਤੇ ਨਹੀਂ ਕਰਦਾ ਬਸ ਯਾਰ ਯਾਰਾਂ ਦੋਸਤਾਂ ਨੂੰ ਫਿਰ ਯਕੀਨ ਨਹੀਂ ਰਿਹਾ ਕਰ ਸਾਰਾ ਕੋ ਰਫਤਾਰ ਕਿਵੇਂ ਕੀਤੀ ਜਾਂਦੀ ਯਾਰ ਮੈਨੂੰ ਤਰਸ ਯਾਰ ਆਉਂਦਾ ਵੀ ਕਿਉਂ ਵੈਸੇ ਇਹੋ ਜਿਹੀ ਸ਼ਕਲ ਤਰਸ ਕੀ ਆਉਣਾ ਸੀ ਜਦੋਂ ਇੰਨੀ ਮੇਰੇ ਨਾਲ ਮਾਰੀ ਹੋਈ ਇੰਨੀ ਗੱਲ ਕਹਿ ਤੁਸੀਂ ਸਮਝ ਲਓ ਹੁਣੇ ਲਾ ਦੂੰਗਾ ਇੱਥੇ ਇਹੋ ਜਿਹੇ ਨੂੰ ਨਾ ਕਹਿੰਦੇ ਘਰ ਦੇ ਦੂਰ ਚੀਜ਼ ਲੈਣ ਭੇਜਦੇ ਆ ਵੀ ਕੋਈ ਚੱਕ ਹੀ ਲੈ ਜਾਵੇ ਕੀ ਸੀ ਫਿਰ ਹੋਰ ਕੌਣ ਭੈਣ ਸੀ ਮੌਸਮ ਵਾਂਗੂ ਪਤਾ ਲੱਗੀ ਫਰੈਂਡ ਚਲੋ ਯਾਰ ਹੁਣ ਚੱਲਦੇ ਆ ਓਏ ਕੈਰੀ ਦਾ ਬੜੀ ਲਾਪਾ ਹੋ ਗਈ ਗੱਲ ਤਾਂ ਨੂੰ ਆਪ ਹਾਲਾ ਬੰਦਾ ਉਹ ਕਿੰਨਾ ਮਜਬੂਰ ਹੋਊਗਾ ਜਿਹੜਾ ਆਪ ਦੇ ਆਪ ਉੱਤੇ ਤਰਸ ਕਰੀ ਜਾਂਦਾ ਦੇਖੋ ਬਾਈ ਹੈ ਪਹਿਲਾਂ ਇਹ ਉਹਨੂੰ ਬ੍ਰਿਸ਼ਟਾ ਲੈ ਕੇ ਗਿਆ ਇੰਨੇ ਇਹਨੂੰ ਪੈਸੇ ਪੂਸੇ ਖਵਾਤੇ ਹੈ ਕੋਫੀਆਂ ਕੋਫੀਆਂ ਮਹਿੰਗੀਆਂ ਮਹਿੰਗੀਆਂ ਕਦੇ ਜ਼ਿੰਦਗੀ ਦੇ ਸਾਲਾ ਮੇਰਾ ਆਪ ਨਹੀਂ ਕਦੇ ਗਿਆ ਚਾਹੇ ਸੂਟਾ ਵਾਰ ਤੁਹਾਨੂੰ ਚਾਹ ਨਹੀਂ ਪਈ ਕਦੇ ਸਾਲੇ ਇੰਨੇ ਇਹਨੇ ਉਹਨੂੰ ਬ੍ਰਿਸ਼ਟਾ ਲੈ ਗਿਆ
ਖਵਾ ਪਿਆ ਕੇ 2 ਮਿੰਟ ਆਇਆ ਇਹਨਾਂ ਕੋਲੇ, ਉਹਨੂੰ ਕੋਈ ਹੋਰ ਲੈ ਗਿਆ, ਉਹਨੂੰ ਕੋਈ ਹੋਰ ਲੈ ਗਿਆ, ਨਹੀਂ ਹੋਰ ਨਹੀਂ ਲੈ ਕੇ ਗਿਆ। ਹਾਂ ਰਹਿਆ ਤਾਂ ਸਾਡੇ ਨਾਲ ਹੀ ਆ, ਪਰ ਓਹਨੂੰ ਡਾਇਰੈਕਟਲੀ ਨੀ ਕਹਿੰਦਾ, ਕੁੜੀ ਨੂੰ ਥੋੜੀ ਕਹੂਗਾ ਵੀ ਏਦਾਂ ਦਾ, ਗੱਲਾਂ ਗੱਲਾਂ ਜਿਹੀਆਂ ਵੇਚੀਆਂ ਟਾਨਾ ਜਿਹਾ ਮਾਰ ਜਾਂਦਾ ਵਾ, ਅਗਲੀ ਸਮਝ ਜਾਂਦੀ ਆ, ਹੁਣ ਇੰਨੀ ਸਮਝਦਾਰ ਆ ਬਈ, ਮਾਲੀ ਦੀ ਕੁੜੀ ਆ ਅਗਲੀ ਸਮਝਦਾਰ ਆ, ਕੁੜੀ ਨੂੰ ਕਹਿੰਦਾ ਮੈਂ ਗੇ ਨਹੀਂ, ਕਹਿੰਦਾ ਮੈਂ ਮਰਦਾ, ਕਹਿੰਦੀ ਮੈਂ ਤਾਂ ਤੈਨੂੰ ਕਿਹਾ ਨੀ ਤੂੰ ਗੇ ਆ, ਕੁੜੀ ਕਹਿੰਦੀ ਚੜ੍ਹ ਕੇ ਗਿੱਧਾ ਪਾਇਆ, ਮੈਂ ਕੁੜੀ ਨੂੰ ਥੋੜਾ ਕਹਿ ਮੈਨੂੰ ਕਹੀ ਜਾਵੇ, ਮੈਂ ਕਿਹਾ ਹਲਿਆ ਮੈਂ ਮਰਦਾ ਹੀ ਗੇ ਗੇ ਲੱਗਿਆ ਪਿਆ, ਵਿਚਾਰੇ ਵਿੱਚ ਹੀ ਕੁੜੀ ਬੋਲ ਪਈ ਕਹਿੰਦੀ ਮੈਂ ਕਿਹੜਾ ਅਸੀਂ ਤਾਂ ਤੈਨੂੰ ਕਿਹਾ ਨੀ ਤੂੰ ਆਪ ਹੀ ਕਹਿ ਬਾਲੀ ਬੇਇੱਜ਼ਤੀ ਹੋ ਗਈ ਆ ਇਹ ਤਾਂ ਯਾਰ, ਉਹ ਚੱਲੀ ਹੁਣ ਯਾਰ ਟੈਟੂ ਰਪਾਈਏ ਬੋ ਹੋ ਗਿਆ। ਹਾਂ ਹਾਂ ਬੋਲ ਜੀ ਬਈ, ਮੈਂ ਹੁੰਦਾ ਨਾ ਮੈਂ ਆਪ ਕਹਿੰਦਾ ਜੀ ਮੇਰੀ ਥਾਂ ਕੋਈ ਅੜ ਕੀ ਬੰਦਾ ਆਉਂਦਾ, ਰਫਤਾਰ ਰਿਆ ਸਿਰ ਤੇ ਧੌਣ ਹੋਣੀ ਸੀ ਮੈਂ ਬਈ, ਉਹੀ ਸਮਾਂ ਲੱਗੇ ਕਮ ਸੇ ਕਮ 2-3 ਘੰਟੇ ਬਾਅਦ, ਮਤਲਬ ਫਿਰ ਫਿਰ ਕੇ ਹਨਾ ਫੋਨ ਜਾ ਕੇ ਦੁਕਾਨ ਲੱਭੀ ਆ, ਟਾਇਰ ਪੈ ਚੁੱਕਿਆ, ਸ਼ੁਕਰ ਆ ਓਏ ਰੱਬ ਦਾ, ਓਏ ਸੋਹਣਿਆ ਟਾਇਰ ਆ, ਇੰਨਾ ਟਾਈਮ ਲਾਤਾ ਸੀ ਤੂੰ ਰੱਖਦੀ ਬਾ ਠੀਕ ਆ, ਪੰਜਾਬ ਚ ਤਾਂ ਬੋਰ 1-2 ਬੰਦੇ ਹੀ ਹੋਣੇ ਆ ਇਹੋ ਜਿਹੇ, ਕੱਲ ਦੱਸਾਂਗੇ ਬਾ ਹੁਣ ਫਿੱਟ ਜਾ ਹੁੰਦਾ ਤੇ ਫਿਰ ਚੱਲਦੇ ਆ ਘਰੇ, ਗੈਸ ਕਰ ਲਓ ਬੜਾ ਕਮੈਂਟਾਂ ਵਿੱਚ ਫੇਰ ਕਮੈਂਟਾਂ ਤੇ ਗੈਸ ਕਰੋ। ਹਾਂ ਚੱਲ ਤਾਂ ਮਤ ਗੈਸ ਆਇਆ ਨਾ ਫਿਰ ਤੂੰ ਬੋਲੇਗਾ, ਕੋਈ ਨਾ ਚੱਲ ਓਕੇ ਆ। ਬਾਲੀ ਕਾਲੀ ਪਈ ਹੋਈ ਆ ਕੈਰੀ ਨੂੰ, ਓਏ 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 ਬਸ ਕੋਈ ਨਹੀਂ ਬਾਈ ਕਰ ਲੂਗਾ, ਇੰਨੀ ਕਾਲੀ ਬਾਈ, ਪੈਸੇ ਤਾਂ ਦੇ ਦਈਏ ਬਾਈ ਨੂੰ, ਖੜਦਾ ਪੈਸੇ ਤਾਂ ਦੇਣੀ ਆ ਬਾਈ ਨੂੰ, ਹੁਣ ਮੈਂ ਦਿੰਦਾ, ਬਾਲੀ ਕਾਲੀ ਆ ਇਹਨੂੰ ਤਾਂ ਯਾਰ, ਉਹ ਇੱਧਰ ਆਉਣਾ ਭਰਾਵਾ ਉੱਧਰ ਨਹੀਂ ਜਾਣਾ ਗਾ, ਕੈਰੀ ਯਾਰ ਪਤਾ ਨੀ ਕਿਹੜੀ ਗੱਲ ਦੀ ਕਾਲੀ ਪਈ ਹੋਈ ਆ। ਹਾਂ ਬਈ ਬਾਬਾ ਉਹਨੂੰ ਫਿਰ ਮੈਂ ਦੱਸ ਦਿੰਦਾ ਯਾਰ ਕੱਚੇ ਖਾ ਲੈਂਦੇ ਆ ਸੀ, ਇਹੋ ਜਿਹਾ ਕੌਣ ਆਇਆ ਹੋਇਆ ਤੇਰੇ ਘਰੇ, ਇੰਨੀ ਕਾਲੀ ਪਈ ਹੋਈ ਆ ਤੈਨੂੰ, ਉਹ ਸੁੱਚੀ ਚਲਾ ਗਿਆ ਮੈਨੂੰ 12 ਵਜੇ ਘਰੇ ਜਾਊਂਗਾ, ਦੇਖਦੇ ਆ ਕੀ ਹਿਸਾਬ ਆ ਯਾਰ, ਕੱਲ ਨੂੰ ਦੱਸੋ ਮੈਨੂੰ ਵੀ ਪ੍ਰੋਪਰ ਦੱਸ ਨੀ ਰਿਹਾ,
ਪਰ ਸ਼ੱਕ ਜਿਹਾ ਹੋ ਰਿਹਾ ਇੱਕ, ਤੁਸੀਂ ਵੀ ਕਮੈਂਟ ਕਰੋ ਜੇ ਤੁਸੀਂ ਸਵਾਲ ਦਾ ਸਹੀ ਜਵਾਬ ਦੇਤਾ ਤੁਹਾਨੂੰ ਫੋਨ ਗਿਫਟ ਕਰੂੰਗਾ ਮੈਂ, ਫੋਨ ਇਨਾਮ ਦੇ ਵਿੱਚ ਦਊ ਤੁਹਾਡੇ ਸਾਰਿਆਂ ਦੇ ਲਈ ਵੀ ਆ ਬਈ ਸਵਾਲ, ਠੀਕ ਆ ਅਸਲੀ ਫੋਨ ਦੇਵਾਂਗੇ ਤੁਹਾਨੂੰ। ਪੁੱਛਾਂ ਸਵਾਲ, ਸਵਾਲ ਇਹ ਆ ਵੀ ਦੁਨੀਆਂ ਦੇ ਉੱਪਰੋਂ ਕਿਹੜਾ ਇਨਸਾਨ ਆ ਜਿਹਨੂੰ ਆਪਦੀ ਮੌਤ ਦਾ ਵੀ ਪਤਾ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਮੇਰੀ ਮੌਤ ਹੋ ਜਾਣੀ ਹੈ, ਦੱਸੋ ਕਿਹੜਾ ਇਨਸਾਨ ਆ ਉਹਨੂੰ ਪਤਾ ਵੀ ਆ ਤਰੀਕ ਨੂੰ ਇੰਨੇ ਵਜੇ ਮੇਰੀ ਮੌਤ ਹੋ ਜਾਣੀ ਆ। ਇਨਸਾਨ ਆ ਉਹ, ਹਾਂ ਇਨਸਾਨ ਆ, ਇਨਸਾਨ ਆ ਉਹ ਦੁਨੀਆਂ ਤੇ ਹੈ ਵੀ ਹੈਗਾ, ਮੈਂ ਤੁਹਾਨੂੰ ਦੱਸ ਵੀ ਦਊਂਗਾ ਕੌਣ ਆ, ਜਵਾਬ ਵੀ ਦਊਂਗਾ ਵੀ ਅਖੀਰ ਤੇ, ਜੇ ਤੁਹਾਨੂੰ ਪਤਾ ਤਾਂ ਤੁਸੀਂ ਦੱਸ ਸਕਦੇ ਹੋ ਇਨਸਾਨ ਆਇਆ ਜਿਹਨੂੰ ਆਪਣੀ ਯਾਰ ਮੌਤ ਦਾ ਪਤਾ, ਇਹ ਕਿੱਦਾਂ ਮੌਤ ਦਾ ਕਿਹਨੂੰ ਪਤਾ ਹੋ ਜਾਂਦਾ ਮੈਂ ਇਦੋਂ ਮਰਨਾ ਵਾ, ਇਹ ਕਿੱਦਾਂ ਉਹਨੂੰ ਪਤਾ ਦਿਮਾਗ ਤੇ ਜ਼ੋਰ ਪਾਉਂਦੇ ਪਾਓ ਪਾਓ ਜ਼ੋਰ ਦਿਮਾਗ ਤੇ, ਆਪਾਂ ਸਾਰਿਆਂ ਨੂੰ ਹੀ ਪਤਾ ਆਪਾਂ ਨੂੰ ਇਹਨਾਂ ਦਾ ਪਤਾ ਵੀ ਆਪਾਂ ਜੰਮਿਆ ਮੌਤ ਤਾਂ ਇੱਕ ਨਾ ਇੱਕ ਦਿਨ ਹੋਣੀ ਆ, ਕਿੱਦੇ ਹੋਣੀ ਆ ਮੈਂ ਦੱਸ ਦਿੰਦਾ ਬਾਈ ਕਿੰਨੇ ਵਜੇ ਹੋਣੀ ਆ, ਮੈਂ ਮੈਂ ਦੱਸ ਦਿੰਦਾ ਕਿੰਨਾ ਟਾਈਮ ਹੋਇਆ, ਇੱਕ ਮਿੰਟ 4:53 ਮਿੰਟ ਹੋਏ ਆ, 1 ਮਿੰਟ ਤੇ ਆ ਮਰੂਗਾ ਦੱਸ ਦਿੰਦਾ ਸਾਲੇ ਕਰੀ ਆ ਬਾਈ ਉਹ। ਚੱਲ ਤੂੰ ਦੱਸ ਹੁਣ, ਇੱਕ ਕੀੜੀ ਰੱਖੋ ਹੱਥ ਦੇ ਉੱਤੇ ਟਾਈਮ ਦੱਸ ਦੋ ਕਿੰਨਾ, ਐ ਮਾਰੋ ਜੀ ਪੂਰਤੀ ਨਹੀਂ ਪਤਾ ਨੀ ਤੁਹਾਨੂੰ ਹਾਰ ਗਏ, ਮੈਨੂੰ ਹਾਰ ਗਿਆ ਯਾਰ ਕਿੰਨੇ ਵਜੇ ਮਰਨਾ, ਮੈਂ ਤੁਹਾਨੂੰ ਇਨਸਾਨ ਬਾਰੇ ਦੱਸੂਗਾ ਵੀ ਤੇ ਤੁਸੀਂ ਮੰਨੋਗੇ ਵੀ, ਇਨਸਾਨ ਨੂੰ ਨਾਮ ਜਿਹਦੇ ਵਿੱਚ ਕੁਛ ਆਉਂਦਾ ਨਹੀਂ ਮੈਨੂੰ ਪਤਾ, ਦੱਸ ਹਾਂ ਦੱਸ ਜੇ ਮੈਂ ਦੱਸ ਤਾ ਫਿਰ ਕਮੈਂਟਾਂ ਚ ਲੋਕ ਵੀ ਦੱਸਣਗੇ ਬਾਈ, ਉਹ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਫਾਂਸੀ ਲੱਗਣੀ ਹੁੰਦੀ ਆ, ਮੈਨੂੰ ਪਤਾ ਜਦੋਂ ਬੰਦੇ ਨੂੰ ਫਾਂਸੀ ਲੱਗਣੀ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਕੱਲ ਨੂੰ ਮੈਨੂੰ ਫਾਂਸੀ ਲੱਗਣੀ ਆ, ਇੰਨੇ ਵਜੇ ਫਾਂਸੀ ਤੇ ਚੜ ਕੇ ਮੈਨੂੰ ਮਾਰਿਆ, ਤੁਹਾਨੂੰ ਮੈਂ ਤਾਂ ਹੀ ਉਲਝਾ ਲਿਆ ਵੀ ਨਾ ਦੱਸੋ ਫਲਾਨਾ ਧਿਉਂਕਾ, ਜੇ ਤੁਹਾਨੂੰ ਹੁਣ ਸਾਰੀ ਮੈਂ ਗੱਲ ਹੀ ਦੱਸ ਦਿੰਦਾ ਸਮਝ ਗਏ, ਸਾਡੇ ਦਿਮਾਗ ਚੋਂ ਨਹੀਂ ਨਾ ਆ, ਦਿਮਾਗ ਨਹੀਂ ਹੈਗਾ ਆਪਣਾ, ਜਵਾਬ ਸੌਖਾ ਹੀ ਹੁੰਦਾ ਗਾ ਸਵਾਲ ਦਾ, ਉਹ ਮਾੜਾ ਜਿਹਾ ਜ਼ੋਰ ਪਾਉਣਾ ਪੈਂਦਾ ਦਿਮਾਗ ਦੇ ਉੱਪਰ। ਲਓ ਬਈ ਦੱਸੋ ਕਿਹਨੂੰ ਕਿਹਨੂੰ ਪਤਾ ਸੀ ਤੇ ਬਸ ਵੀਡੀਓ ਸ਼ੇਅਰ ਕਰ ਦਿਓ।